देसराज कला भवन पगवाड़ा पेश करन जा रहा है। एडवोकेट एसएल बिरदी की किताब ज्योति बाई फूले सावित्री बाई फूले ते आधारित नाटक भारत की पहली अध्यापिका क्रांति जोत माता सावित्री बाई फूले निर्देशन रंजीत कमनू। पेशवा राज विच मनु पतियां नूं हर अधिकार प्राप्त सी। ਉਹ ਹਰ ਸਜ਼ਾ ਤੋਂ ਮੁਕਤ ਸੀ। ਦੂਜੇ ਪਾਸੇ ਕਿਸਾਨ ਜੋ ਕਿ ਛੋਟੀ ਜਾਤ ਦੇ ਹੀ ਸਨ, ਜੇ ਪੇਸ਼ਵਾ ਨੂੰ ਕਦੇ ਲਗਾਨ ਸੋਕੇ ਜਾਂ ਕਾਲ ਕਰਨ ਅਦਾ ਨਾ ਕਰਨ ਤੇ ਉਹਨਾਂ ਦੇ ਬੱਚਿਆਂ ਉੱਪਰ ਉਬਲਦਾ ਹੋਇਆ ਤੇਲ ਪਾ ਦਿੱਤਾ ਜਾਂਦਾ ਸੀ, ਉਹਨਾਂ ਨੂੰ ਭੁੰਨ ਦਿੱਤਾ ਜਾਂਦਾ ਸੀ, ਉਹਨਾਂ ਦੀਆਂ ਪਿੱਠਾਂ ਤੇ ਭਾਰੇ ਪੱਥਰ ਚੜਾ ਦਿੱਤੇ ਜਾਂਦੇ ਸਨ, ਉਹਨਾਂ ਦੇ ਕੰਨਾਂ ਨੱਕਾਂ ਵਿੱਚ ਬਰੂਦ ਭਰ ਕੇ ਜਲਾ ਦਿੱਤਾ ਜਾਂਦਾ ਸੀ। ਸ਼ਾਹੂਕਾਰ ਕਿਸਾਨਾਂ ਦੀਆਂ ਲੜਕੀਆਂ ਤੇ ਪੁੱਤਰਾਂ ਨੂੰ ਬੰਧੂਆ ਮਜ਼ਦੂਰ ਬਣਾ ਕੇ ਰੱਖਦਾ, ਬੱਚੀਆਂ ਤੇ ਔਰਤਾਂ ਨੂੰ ਤੰਗ ਕੀਤਾ ਜਾਂਦਾ ਸੀ। ਜਦੋਂ ਔਰਤ ਨੂੰ ਸਕੂਲ ਜਾਣ ਤੇ ਪਾਬੰਦੀਆਂ ਸਨ, ਔਰਤ ਪੜ੍ਹ ਲਿਖ ਹੀ ਨਹੀਂ ਸੀ ਸਕਦੀ, ਔਰਤ ਤਰੱਕੀ ਕਿਵੇਂ ਕਰ ਸਕਦੀ ਸੀ? ਔਰਤ ਨੂੰ ਜਾਣ ਬੁੱਝ ਕੇ ਗੁਲਾਮ ਰੱਖਿਆ ਹੋਇਆ ਸੀ। ਬਹੁਤੀ ਪੁਰਾਣੀ ਗੱਲ ਨਹੀਂ, ਇਤਿਹਾਸ ਪੜ੍ਹ ਕੇ ਦੇਖੋ, ਸਿਰਫ 200 ਸਾਲ ਦੀ ਹੀ ਗੱਲ ਹੈ। ਉਸ ਸਮੇਂ ਤੋਂ ਪਹਿਲਾਂ ਸਾਡੇ ਦੇਸ਼ ਅੰਦਰ ਕੋਈ ਔਰਤ ਪੜ੍ਹੀ ਲਿਖੀ ਨਹੀਂ ਸੀ। ਜੇਕਰ ਔਰਤ ਪੜ੍ਹੀ ਲਿਖੀ ਨਹੀਂ ਸੀ ਤਾਂ ਔਰਤ ਮਾਸਟਰ ਨੀ, ਡਾਕਟਰ ਨੀ, ਇੰਜੀਨੀਅਰ, ਲੀਡਰ, ਸਰਪੰਚ, ਪੰਚ ਕਿਵੇਂ ਬਣ ਸਕਦੀ ਸੀ? 3 ਜਨਵਰੀ 1831 ਨੂੰ ਮਹਾਰਾਸ਼ਟਰ ਵਿੱਚ ਕ੍ਰਾਂਤੀ ਜੋਤ ਮਾਤਾ ਸਾਵਿਤਰੀ ਬਾਈ ਫੂਲੇ ਦਾ ਜਨਮ ਹੋਇਆ। ਸਵਿਤਰੀ, ਇਹਨਾਂ ਕਾਲੇ ਅੱਖਰਾਂ ਵਿੱਚ ਆਪਣੇ ਸਮਾਜ ਦਾ ਭਵਿੱਖ ਸੁਣਿਆ ਛੁਪਿਆ ਹੋਇਆ। ਸਵਿਤਰੀ, ਕਾਲੇ ਵਰਤਮਾਨ ਨੂੰ ਬਦਲਣ ਦੇ ਲਈ ਇਹ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ। ਸਵਿਤਰੀ, ਸਦੀਆਂ ਤੋਂ ਸਾਡੇ ਸਮਾਜ ਨੂੰ ਇਹ ਕਿਤਾਬੀ ਗਿਆਨ ਤੋਂ ਦੂਰ ਰੱਖਿਆ ਗਿਆ। ਸਵਿਤਰੀ, ਮੈਂ ਤਾਂ ਨਿਸ਼ਚੈ ਕਰ ਰੱਖਿਆ ਕਿ ਤੂੰ ਵੀ ਜ਼ਰੂਰ ਪੜ੍ਹੇ। ਨਾ ਨਾ ਨਾ, ਹਾਂ ਮੈਂ ਨਹੀਂ ਪੜ੍ਹਨਾ। ਮੈਨੂੰ ਦੱਸਿਆ ਗਿਆ ਸਵਿਤਰੀ ਕੁਛ ਨਹੀਂ ਹੁੰਦਾ। ਹਾਂ ਮੈਨੂੰ ਦੱਸਿਆ ਗਿਆ ਜਿਹੜੀ ਔਰਤ ਪੜ੍ਹ ਜਾਵੇ ਉਸਦਾ ਪਤੀ ਮਰ ਜਾਂਦਾ। ਹਾਂ ਨਾ ਨਾ, ਹਾਂ ਮੈਂ ਨਹੀਂ ਪੜ੍ਹਨਾ ਜੇ ਤੁਹਾਨੂੰ ਕੁਛ ਹੋ ਗਿਆ। ਸਵਿਤਰੀ, ਇਹ ਮਨੁਵਾਦਾਂ ਨੇ ਸਾਡੇ ਸਮਾਜ ਵਿੱਚ ਭਰਮ ਪਾਈ ਰੱਖਿਆ। ਇਹਨਾਂ ਦੇ ਵੇਦ ਸ਼ਾਸਤਰ ਵੀ ਇਹ ਦੁਹਾਈ ਤੇ ਕਾਨੂੰਨੀ ਸਿੱਖਿਆ ਦਿੰਦੇ ਨੇ ਕਿ ਟੋਰ, ਗਵਾਰ, ਸ਼ੂਦਰ ਔਰ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਸਵਿਤਰੀ, ਇਹਨਾਂ ਨੇ ਆਪਾਂ ਨੂੰ ਪਖੰਡਾ ਚ ਪਾ ਕੇ ਰੱਖਿਆ, ਡਰਾ ਕੇ ਰੱਖਿਆ ਕਿ ਜੇ ਤੁਸੀਂ ਪੜ੍ਹ ਲਿਖ ਗਈਆਂ ਤੁਹਾਡਾ ਪਤੀ ਮਰ ਜਾਊ। ਨਹੀਂ ਸਵਿਤਰੀ, ਤੂੰ ਪੜ੍ਹੇਗੀ ਲਿਖੇਗੀ ਤੇ ਆਪਾਂ ਦੋਨੋਂ ਜਣੇ ਸਮਾਜ ਦੀ ਤਕਦੀਰ ਬਦਲਾਂਗੇ। ਸਮਾਜ ਦੀ ਹਰ ਔਰਤ ਦੀ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟ ਕੇ ਤੇ ਉਹਨਾਂ ਨੂੰ ਹੱਕ ਦਿਲਾਵਾਂਗੇ। ਸਵਿਤਰੀ, ਤੂੰ ਮੇਰੇ ਨਾਲ ਵਾਅਦਾ ਕਰ ਕਿ ਜ਼ਰੂਰ ਪੜ੍ਹੇਗੀ, ਜ਼ਰੂਰ ਪੜ੍ਹੇਗੀ। ਸਵਿਤਰੀ, ਮੇਰੇ ਨਾਲ ਵਾਅਦਾ ਕਰ, ਜ਼ਰੂਰ ਪੜ੍ਹੇਗੀ। ਮੈਂ ਵਾਅਦਾ ਕਰਦੀ ਹਾਂ। ਮੈਂ ਵਾਅਦਾ ਕਰਦੀ ਹਾਂ ਕਿ ਮੈਂ ਆਪਣੇ ਸਮਾਜ ਨੂੰ ਨਵੀਂ ਸੇਧ ਦੇਵਾਂਗੀ ਤੇ ਔਰਤਾਂ ਨੂੰ ਇੱਜ਼ਤ ਦੀ ਜ਼ਿੰਦਗੀ। ਮੈਂ ਵਾਅਦਾ ਕਰਦੀ ਹਾਂ, ਮੈਂ ਤੁਹਾਡੇ ਨਾਲ ਹਾਂ। ਮੈਂ ਵਾਅਦਾ ਕਰਦੀ ਹਾਂ, ਮੈਂ ਜ਼ਰੂਰ ਪੜ੍ਹਾਂਗੀ, ਮੈਂ ਜ਼ਰੂਰ ਪੜ੍ਹਾਂਗੀ। ਆ
सब तोड़ देने जंजरे औरत दे पढ़ने ते जो लगे इतिहास नवा रचना पढ़ लिखी औरत ने कहना हूं जुत्ती पैर दी नहीं सिर दा ताज असी बन रहना हूं जुत्ती पैर दी नहीं सिर दा ताज असी बन रहना अंबर विच उड़ने में परांगे एक दिन असी उड़ारी हूं लौड़ संघर्षां दी दिना विच कर लई असी तैयारी जालम तो नहीं डरना ना ही जुलम किसे दा सहना हूं जुत्ती पैर दी नहीं सिर दा ताज असी बन रहना हूं जुत्ती पैर दी नहीं सिर दा ताज असी बन रहना औरत जग जननी दा सारे रड़के मान वधाइए गुरुआं दी बाणी ते चल के बाकियां नूं समझाइए सब फर्क मिटा दईए भारत वासी नूं ए कहना हुण जुत्ती पैर दी नहीं सिर दा ताज असी बन रहना हुण जुत्ती पैर दी नहीं सिर दा ताज असी बन रहना विरोध कर रहा है जो साडे धर्म ग्रंथा दे बिल्कुल खिलाफ है मैं समझा दूंगा हजूर साडे धर्म ग्रंथा दे कानून नूं तोड़ के विधवा औरतां दे ब्याह करवा रहा है ते उन्हां नूं पढ़ा रहा है मैं समझा दूंगा हजूर ते ओह कदे असीं बर्दाश्त नहीं कर सकते समझा दूंगा हजूर
ज्योति रुख है कि वह स्कूल बंद कर दे औरतों पढ़ाना बंद कर दे होना चिर तू मंदिर दे विच फुल लेके नहीं आएगा नहीं आएगा ज्योति साडा दुश्मन है औरतों पढ़ा रहा है साडे धर्म ग्रंथां दे खिलाफ ये असी कदे बर्दाश्त नहीं कर सकते चलो करना पऊ कुछ ना कुछ करना पऊ गुलाम बनाने लई ए औरतो आओ ए औरतो
आओ मेरे को पढ़ो, आओ आओ मेरे तो पढ़ो। नर्थ कौन नर्थ? तो नर्थ कर रहा है ज्योति, तेनू क्या के तू साडे धर्म ग्रंथ दे विरुद्ध बोलना बंद कर दे। ए असी हरगिज बर्दाश्त नहीं करांगे। जेडे ग्रंथ लोकां नूं पखंडा च पाउंदे ने, समाज च बंडियां पाउंदे ने, मैं इन्हां ग्रंथां दा सख्त विरोधी हां। मैं समाज नूं बराबर करके हटांगा, बराबर करके हटांगा, समाज नूं बदल के हटांगा, बदल के हटांगा, बदल के हटांगा। समाज नूं तां तू फेरे बदलेगा जे तू जिंदा रहूंगा। ओ बदलेगा तां तां जे तैनूं बदलण लई छड्डांगे। ओए तदे बदलेगा जे तू जिंदा रहेगा, जे तू जिंदा रहेगा जे तैनूं जिंदा छड्डांगे। समाज नू बदलेगा ए। चलो बदल के रहांगा, हर औरत नूं पढ़ावांगा, हर औरत नूं पढ़ावांगा, समाज नूं बदल के रहांगा, बदल के रहांगा, बदल के रहांगा। सवित्री घर की चार दीवारी के विच रह के समाज नूं रोशनी नहीं दित्ती जा सकती। समाज दा हनेरा दूर करन दे वास्ते तैनूं घर की चार दीवारी तो बाहर जाना पएगा। सवित्री मैनूं पूरा यकीन है, मैनूं पूरा विश्वास है कि तू एक कर सकदी है। सवित्री कर कर जाएगी, सवित्री समाज विच जाएगी, हर औरत नूं कहेगी के पढ़ो। सवित्री मैनूं पूरा यकीन है कि तू कर सकदी है। हां जरूर, अज तो ही मैं घर घर जाके औरतां नूं पढ़ावांगी ते उहनां दे मन विच बैठे डर नूं जरूर बाहर कढ़ांगी कि ओह सिर्फ भोग विलास दी वस्तु नहीं, सगों की ओह तां असल सिजण वाला ने, ओह तां असल सिजण वाला ने। मैं जरूर पढ़ावांगी, मैं घर घर जाके पढ़ावांगी। हां हां, ओ समाज दीआं असल सिरजणहार हन, समाज दीआं असल सिरजणहार हन। सिर बच्चे पैदा करन वाली मशीन नहीं, भोग विलास दी वस्तु नहीं, समाज दीआं असल सिरजणहार हन। सवित्री जान लगी एक साड़ी होर झोले च पा के ले जा करी है, आ पई है साड़ी ले जा करी है। सवित्री तेरे हाथ में चके हथियार है जिस दे नाल तू
ਦੀ ਜੁੱਤੀ ਤੋਂ ਸਿਰ ਦਾ ਤਾਜ ਬਣਾ ਸਕਦੀ ਹੈ। ਸਵਿਤਰੀ ਇਹ ਸਾੜੀ ਆਪਣੇ ਨਾਲ ਰੱਖਣੀ ਹੈ। ਸਾੜੀ ਸਵਿਤਰੀ ਤੈਨੂੰ ਆਪਣੇ ਆਪ ਪਤਾ ਲੱਗ ਜਾਊ ਕਿ ਇਹ ਝੋਲੇ ਦੇ ਵਿੱਚ ਵਾਧੂ ਸਾੜੀ ਕਿਉਂ ਰੱਖੀ ਹੈ। ਤੂੰ ਜਾ। ਸਵਿਤਰੀ ਘਰ ਦੀ ਚਾਰ ਦੀਵਾਰੀ ਵਿੱਚ ਰਹਿ ਕੇ ਸਮਾਜ ਨੂੰ ਰੋਸ਼ਨੀ ਨਹੀਂ ਦਿੱਤੀ ਜਾ ਸਕਦੀ। ਸਮਾਜ ਦਾ ਹਨੇਰਾ ਦੂਰ ਕਰਨ ਲਈ ਤੈਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲਣਾ ਪਏਗਾ। ਸਵਿਤਰੀ ਮੈਨੂੰ ਪੂਰੀ ਉਮੀਦ ਹੈ, ਮੈਨੂੰ ਪੂਰਾ ਯਕੀਨ ਹੈ ਕਿ ਤੂੰ ਇਹ ਕਰ ਸਕਦੀ ਹੈ। ਕਰੋ ਇੱਕ ਕਦਮ ਪੁੱਟਣ ਨਾਲ ਹਜ਼ਾਰਾਂ ਕਦਮ ਤੇਰੇ ਨਾਲ ਜੁੜਨਗੇ। ਬਸ ਇੱਕ ਕਦਮ ਚੁੱਕਣ ਦੀ ਹਿੰਮਤ ਕਰ ਸਵਿਤਰੀ, ਹਿੰਮਤ ਕਰ ਸਵਿਤਰੀ, ਹਿੰਮਤ ਕਰ। Thank you.
ਕਦੀ ਵੀ ਪਿੱਛੇ ਮੁੜਦੇ ਵਿਦਿਆ ਦਾ ਚਾਨਣ ਬਥੇਰੂ ਚਾਰੇ ਪਾਸੇ ਜਾਵੇ ਛੁੱਟਿਆ ਨਾ ਮਨੂੰ ਆਦੀ ਰੁੜਦੇ ਭੌਂਕਦਿਆਂ ਕੁੱਤਿਆਂ ਦੀ ਕਦੇ ਪਰਵਾਹ ਨਾ ਕੀਤੀ ਮੰਜ਼ਲਾ ਤੁਰਨਾ ਕਦੇ ਦੂਰ ਨਹੀਂ ਔਰਤ ਵੀ ਪੜ੍ਹ ਲਿਖ ਮਰਦਾਂ ਦੇ ਨਾਲ ਖੜੂ ਹੁਣ ਕਿਸੇ ਗੱਲੋਂ ਮਜਬੂਰ ਨਹੀਂ ਔਰਤ ਵੀ ਪੜ੍ਹ ਲਿਖ ਮਰਦਾਂ ਦੇ ਨਾਲ ਖੜੂ ਹੁਣ ਕਿਸੇ ਗੱਲੋਂ ਮਜਬੂਰ ਨਹੀਂ ਔਰਤ ਨੂੰ ਸਦਾ ਨੀ ਮੈਂ ਰੱਖਿਆ ਜਿਨ੍ਹਾਂ ਨੇ ਕਦੇ ਮੰਗਿਆ ਵੀ ਦਿੱਤੇ ਅਧਿਕਾਰ ਨਹੀਂ ਹਾਲੀ ਚ ਪਰੋਸ ਕੇ ਨਾ ਹੱਕ ਕਦੇ ਮਿਲਦੇ ਜੇ ਆਏ ਕਦੇ ਘਰਾਂ ਵਿੱਚੋਂ ਬਾਹਰ ਨਹੀਂ ਹਿੰਮਤ ਦੇ ਨਾਲ ਅਸੀਂ ਮੰਜ਼ਿਲਾਂ ਕਰਾਂਗੇ ਸਰ ਹੁਣ ਜਿੱਤ ਸਾਡੇ ਹੱਥੋਂ ਦੂਰ ਨਹੀਂ ਔਰਤ ਵੀ ਪੜ੍ਹ ਲਿਖ ਮਰਦਾਂ ਦੇ ਨਾਲ ਖੜੂ ਹੁਣ ਕਿਸੇ ਗੱਲੋਂ ਮਜਬੂਰ ਨਹੀਂ ਔਰਤ ਵੀ ਪੜ੍ਹ ਲਿਖ ਮਰਦਾਂ ਦੇ ਨਾਲ ਖੜੂ ਹੁਣ ਕਿਸੇ ਗੱਲੋਂ ਮਜਬੂਰ ਨਹੀਂ ਔਰਤ ਵੀ ਪੜ੍ਹ ਲਿਖ ਮਰਦਾਂ ਦੇ ਨਾਲ ਖੜੂ ਹੁਣ ਕਿਸੇ ਗੱਲੋਂ ਮਜਬੂਰ ਨਹੀਂ ਔਰਤ ਵੀ ਪੜ੍ਹ ਲਿਖ ਮਰਦਾਂ ਦੇ ਨਾਲ ਖੜੂ ਹੁਣ ਕਿਸੇ ਗੱਲੋਂ ਮਜਬੂਰ ਨਹੀਂ ਇਸ ਤਰ੍ਹਾਂ ਬਹੁਤ ਹੀ ਸੰਘਰਸ਼ ਤੇ ਔਕੜਾਂ ਤੋਂ ਬਾਅਦ ਸਾਵਿਤਰੀ ਬਾਈ ਫੂਲੇ ਭਾਰਤ ਦੀ ਪਹਿਲੀ ਅਧਿਆਪਕਾ ਬਣੀ ਜੋਤੀਬਾ ਫੂਲੇ ਅਤੇ ਸਾਵਿਤਰੀ ਬਾਈ ਫੂਲੇ ਨੇ ਮਹਾਰਾਸ਼ਟਰ ਦੇ ਵਿਖੇ 20 ਸਕੂਲ ਖੋਲ੍ਹੇ ਅਤੇ ਹੋਰ ਅਣਗਿਣਤ ਸਮਾਜ ਸੁਧਾਰਕ ਕਾਰਜ ਕੀਤੇ ਜਿਸ ਦੀ ਬਦੌਲਤ ਅੱਜ ਔਰਤਾਂ ਪੜ੍ਹ ਲਿਖ ਕੇ ਡਾਕਟਰ ਵਕੀਲ ਇੰਜੀਨੀਅਰ ਟੀਚਰ ਜੱਜ ਪੁਲਿਸ ਅਫਸਰ ਪ੍ਰਧਾਨ ਮੰਤਰੀ ਰਾਸ਼ਟਰਪਤੀ ਮਤਲਬ ਕਿ ਹਰ ਖੇਤਰ ਵਿੱਚ ਬਰਾਬਰਤਾ ਵਾਲਾ ਜੀਵਨ ਬਤੀਤ ਕਰ ਰਹੀਆਂ ਹਨ ਭਾਰਤ ਦੀ ਔਰਤ ਦਾ ਐਡਾ ਮਾਣ ਵਧਾ ਦਿੱਤਾ ਸਾਵਿਤਰੀ ਬਾਈ ਫੂਲੇ ਨੇ ਸਾਵਿਤਰੀ ਬਾਈ ਫੂਲੇ ਨੇ ਮਨੁਵਾਦ ਦੇ ਚੁੰਗਲ ਚੋਂ ਆਜ਼ਾਦ ਕਰਾ ਦਿੱਤਾ ਜੋਤੀਬਾ ਫੂਲੇ ਨੇ ਜੋਤੀਬਾ ਫੂਲੇ ਨੇ ਹਰ ਖੇਤਰ ਵਿੱਚ ਔਰਤ ਨੂੰ ਦੁਦਕਾਰਿਆ ਜਾਂਦਾ ਸੀ ਕੰਨਾਂ ਵਿੱਚ ਪਾ ਸਿੱਕਾ ਸਭ ਨੂੰ ਮਾਰਿਆ ਜਾਂਦਾ ਸੀ ਕੰਨਾਂ ਵਿੱਚ ਪਾ ਸਿੱਕਾ ਸਭ ਨੂੰ ਮਾਰਿਆ ਜਾਂਦਾ ਸੀ ਵਿਦਿਆ ਦੇ ਨਾਲ ਮਾਸਟਰ ਡਾਕਟਰ ਜੱਜ ਬਣਾ ਦਿੱਤਾ ਸਾਵਿਤਰੀ ਬਾਈ ਫੂਲੇ ਨੇ ਸਾਵਿਤਰੀ ਬਾਈ ਫੂਲੇ ਨੇ ਸਾਵਿਤਰੀ ਜੋਤੀ ਫੂਲੇ ਦਾ ਨਹੀਂ ਦੇਣ ਭੁਲਾ ਸਕਦੇ ਬਿਰਖਾਂ ਵਾਲੇ ਦੇਵ ਅਸੀਂ ਨਹੀਂ ਕਰਜ਼ਾ ਲਾ ਸਕਦੇ ਬਿਰਖਾਂ ਵਾਲੇ ਦੇਵ ਅਸੀਂ ਨਹੀਂ ਕਰਜ਼ਾ ਲਾ ਸਕਦੇ ਹਨੇਰੇ ਘਰਾਂ ਨੂੰ ਗਿਆਨ ਦੇ ਚਾਨਣ ਨਾਲ ਸੁਣਾ ਦਿੱਤਾ ਸਾਵਿਤਰੀ ਬਾਈ ਫੂਲੇ ਨੇ ਜੋਤੀਬਾ ਫੂਲੇ ਨੇ 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 ਏਸੀ ਨਾਟਕ